ਓਏ ਪੰਜਾਬੀਓ, ਓਏ ਬੜੇ ਚਿਰ ਦਾ ਕਲਪਦਾ ਆਉਣਾ, ਉਹ ਬੜੇ ਚਿਰ ਦਾ ਸਾਨੂੰ ਕੂਕਦਾ ਫਿਰਦਾ ਕਿ ਉਹ ਸਾਡੀਆਂ ਜੜਾਂ ਪੱਟੀਆਂ ਜਾ ਰਹੀਆਂ, ਉਹ ਸਾਡਾ ਸਾਰਾ ਕੁਛ ਹੀ ਲੁੱਟਿਆ ਪੱਟਿਆ ਜਾ ਰਿਹਾ। ਆ ਜਦੋਂ ਮੇਰੀ ਗੱਲਬਾਤ ਖਤਮ ਹੋਣੀ ਆ, ਅਖੀਰ ਦੇ ਉੱਤੇ HRA ਸਕੂਲ ਹੈ ਜ਼ਿਲ੍ਹਾ ਗੁਰਦਾਸਪੁਰ ਦਾ, ICSE ਬੋਰਡ ਦਾ ਸਕੂਲ ਹੈ, ਉਹ ਪ੍ਰਿੰਸੀਪਲ ਨਾਲ ਜਿਹੜੀ ਮੇਰੀ ਗੱਲਬਾਤ ਹੋਈ ਉਹ ਸੁਣ ਲਿਓ, ਕਿਵੇਂ ਸਾਡੀਆਂ ਜੜਾਂ 'ਚ ਜ਼ਹਿਰ ਪਾਇਆ ਜਾ ਰਿਹਾ। ਉਹ ਪੈਸਾ ਪੈਸਾ ਹੀ ਕੂਕਦੇ ਫਿਰਦੇ ਆ, ਪੈਸਾ ਪੈਸਾ ਹੀ ਕੂਕਦੇ ਫਿਰਦੇ ਆ। ਉਹ ਕਿੰਨੇ ਕੁ ਜਿਹੜੇ ਮਹੀਨੇ ਵੀਹਾਂ ਦਿਨਾਂ ਬਾਅਦ ਆਪਣੇ ਜਵਾਕ ਦੇ ਸਕੂਲ ਜਾ ਕੇ ਪੁੱਛਦੇ ਆ, ਸਾਡੇ ਜਵਾਕ ਨੂੰ ਕੀ ਪੜ੍ਹਾ ਰਹੇ ਹੋ, ਕੀ ਲਿਖਾ ਰਹੇ ਹੋ, ਕਿੱਥੇ ਜੋੜ ਰਹੇ ਹੋ। ਉਹ ਕਿੰਨੀਆਂ ਕੁ ਪੰਜਾਬ ਦੀਆਂ ਮਾਵਾਂ ਭੈਣਾਂ ਨੇ ਉਹ ਜਿਹੜੀਆਂ ਆਪਣੇ ਜਵਾਕਾਂ ਨੂੰ ਘਰੇ ਆ ਇਹ ਗੱਲ ਪੁੱਛਦੀਆਂ ਨੇ। ਹੋਰ ਹੀ ਪਾਸੇ ਤੁਰੇ ਫਿਰਦੇ ਆ, ਹੋਰ ਹੀ ਪਾਸੇ ਤੁਰੇ ਫਿਰਦੇ ਆ। ਉਹ ਦੁਨੀਆਂ ਦੀ ਹਰ ਸ਼ੈ ਪ੍ਰਾਪਤ ਕਰ ਲਓ, ਪੈਸਾ, ਸੁੱਖ ਸਹੂਲਤਾਂ, ਉਹ ਜੇ ਆਹ ਚੀਜ਼ਾਂ ਗਮਾਚ ਗਈਆਂ ਨਾ, ਜੇ ਜੜ ਪੱਟੀ ਗਈ ਨਾ, ਉਹ ਕਿਸੇ ਕੀਮਤ ਦੇ ਉੱਤੇ ਹਰੀ ਨਹੀਂ ਉਹ ਮੁੜ ਕੇ ਹੋਣੀ, ਹਰੀ ਨਹੀਂ ਹੋਣੀ। ਉਹ ਭੁੱਬਾਂ ਮਾਰ ਕੇ ਰੋਵੋਂਗੇ, ਭੁੱਬਾਂ ਮਾਰ ਕੇ ਰੋਵੋਂਗੇ। ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ, ਪੰਜਾਬ ਦੇ ਆਪਣੇ ਆਪ ਨੂੰ ਪੰਜਾਬੀਆਂ ਦਾ ਰਖਵਾਲਾ, ਮਾਂ ਬੋਲੀ ਦਾ ਰਖਵਾਲਾ, ਪੰਜਾਬ ਦਾ ਦਰਦੀ ਕਹਾਉਣ ਵਾਲਿਆ ਮਾਨਾ ਸੁਣ ਲਾ। HRA ਸਕੂਲ ਆ ਜ਼ਿਲ੍ਹਾ ਗੁਰਦਾਸਪੁਰ ਦਾ, ਪ੍ਰਿੰਸੀਪਲ ਦਾ ਨੰਬਰ ਆ 92560-69995। ਜੇ ਕਾਰਵਾਈ ਕਰ ਸਕਦਾ ਤਾਂ ਕਰਕੇ ਦਿਖਾ। ਕੱਲੀ ਖਾਨਾ ਪੂਰਤੀ ਹੈ, ਇਕੱਲੇ ਬਿਆਨਾਂ ਤੱਕ ਸੀਮਤ ਹੋ ਤੁਸੀਂ ਕਿ ਬੋਰਡਾਂ ਤੇ ਐਂ ਕਰ ਦਿਆਂਗੇ, ਬੋਰਡਾਂ ਤੇ ਐਂ ਕਰ ਦਿਆਂਗੇ। ਉਸ ਅਸਲ ਜਿਹੜੀ ਸਾਡੀ ਜੜ ਆ ਉਹ ਸਾਡੇ ਜਵਾਕ, ਕੋਰੀ ਸਲੇਟ ਵਰਗਾ ਹੁੰਦਾ ਜਵਾਕ 3-4 ਸਾਲ ਦੀ ਉਮਰ ਦਾ, ਜਿਹੜਾ ਕੋਈ ਮਰਜ਼ੀ ਲਿਖ ਦਿਓ ਸਾਰੀ ਉਮਰ ਉਹਦਾ ਅਸਰ ਰਹਿੰਦਾ ਉਹਤੇ। ਉਹ ਕੁਛ ਸਾਡੇ ਜਵਾਕਾਂ ਨਾਲ ਸਕੂਲਾਂ 'ਚ ਹੋ ਰਿਹਾ ਹੋਵੇ, ਕਰੇਗਾ ਕਾਰਵਾਈ? ਹੈਗੀ ਹਿੰਮਤ ਕਿ ਕੱਲੀਆਂ ਲੋਕਾਂ ਦੀਆਂ ਅੱਖਾਂ ਪੂੰਝਣ ਜਾਣ ਦਿਓ ਬਿਆਨ ਦੇ ਕੇ? ਲੈ ਦੇਖਦਾ ਮੈਂ ਤੁਹਾਨੂੰ, ਪ੍ਰਿੰਸੀਪਲ ਦਾ ਨੰਬਰ ਵੀ ਬੋਲਤਾ, ਸਕੂਲ ਦਾ ਨਾਂ ਵੀ ਬੋਲਤਾ, ਮੇਰੀ ਗੱਲਬਾਤ ਵੀ ਸੁਣ ਲਈ, ਤੇ ਜਿਹਦੇ 'ਚ ਉਹ ਮੰਨੀ ਆ ਪ੍ਰਿੰਸੀਪਲ ਕਿ ਹਾਂ ਇਹ ਸਾਡੀ ਗਲਤੀ ਹੈ। ਉਹ ਸੋਨੂੰ ਅਖੀਰ ਤੇ ਕਹਿਣਾ, ਉਹ ਪੰਜਾਬੀ ਹੋ, ਅਕਲ ਨੂੰ ਹੱਥ ਮਾਰੋ, ਅਕਲ ਦੇ ਅੰਨਿਓ, ਉਹ ਜਾਓ ਵੇ ਸਕੂਲਾਂ, ਜਾਓ ਪਤਾ ਕਰੋ ਵੇ, ਕੋਈ ਫਰਕ ਨਹੀਂ ਪੈਂਦਾ, ਦੋ ਦਿਨ ਇੱਕ ਦਿਨ ਛੱਡ ਕੇ ਮਹੀਨੇ ਚਲੇ ਜਾਇਆ ਕਰੋ। ਬਹੁਤ ਜ਼ਰੂਰੀ ਹੈ, ਇਹ ਬਹੁਤ ਜ਼ਰੂਰੀ ਹੈ। ਦੁਸ਼ਮਣ ਬੜੀ ਖਤਰਨਾਕ ਚਾਲ ਸਾਡੇ ਨਾਲ ਖੇਡ ਰਿਹਾ, ਜਿਹੜੀ ਸਾਨੂੰ ਪਤਾ ਨਹੀਂ ਲੱਗ ਰਿਹਾ, ਜਿਹੜੀ ਸਾਨੂੰ ਦੇਖਣ 'ਚ ਨਹੀਂ ਆ ਰਹੀਆਂ ਗੱਲਾਂ। ਅਤੇ ਨਹੀਂ, ਯਾਦ ਰੱਖਿਓ ਓਏ, ਇਹ ਦੁਨੀਆਂ ਦੇ ਨਕਸ਼ੇ ਤੋਂ ਮਿਟ ਜਾਓਗੇ ਓਏ। ਮੈਂ ਹਮੇਸ਼ਾ ਕਹਿੰਦਾ ਹੁੰਦਾ, ਜਾਗਦੀਆਂ ਕੌਮਾਂ ਆਉਣ ਵਾਲੇ ਭਵਿੱਖ ਨੂੰ ਲੈ ਕੇ ਚਿੰਤਤ ਕੌਮਾਂ ਹਮੇਸ਼ਾ ਜਾਉਂਦੀਆਂ ਰਹਿੰਦੀਆਂ ਨੇ ਓਏ। ਜਿਹੜੀਆਂ ਕੌਮਾਂ ਸੌ ਜਾਂਦੀਆਂ ਨੇ, ਵੇਸਲੀਆਂ ਹੋ ਜਾਂਦੀਆਂ ਨੇ, ਉਹ ਕੌਮਾਂ ਖਤਮ ਹੋ ਜਾਂਦੀਆਂ ਨੇ, ਉਹ ਕੌਮਾਂ ਤਬਾਹ ਹੋ ਜਾਂਦੀਆਂ ਨੇ। ਅਸੀਂ ਸੁੱਤੇ ਪਏ ਹਾਂ ਓਏ, ਵੇਸਲੇ ਹੋਏ ਪਏ ਹਾਂ, ਸਾਨੂੰ ਕੋਈ ਪਰਵਾਹ ਨਹੀਂ। ਹਾਂਜੀ, ਗੁੱਡ ਆਫਟਰਨੂਨ ਸਰ, ਬੋਲੀਏ। ਹਾਂਜੀ, ਆਪਣੇ ਪ੍ਰਿੰਸੀਪਲ ਬੋਲਦਾ ਹਾਂ, HRA ਸਕੂਲ ਗੁਰਦਾਸਪੁਰ ਜੀ। ਹਾਂਜੀ, ਆਪਨੇ ਕਿਸ ਸੇ ਬਾਤ ਕਰਨੀ ਹੈ, ਬਤਾਈਏ। ਮੈਂ ਪ੍ਰਿੰਸੀਪਲ ਨਾਲ ਗੱਲ ਕਰਨੀ ਹੈ ਜੀ। ਬਤਾਈਏ। ਮੈਂ ਲੱਖਾ ਸਿੰਘ ਸਦਾਣਾ ਜੀ, ਜ਼ਿਲ੍ਹਾ ਬਠਿੰਡਾ ਤੋਂ ਬੋਲਦਾ। ਲੱਖਾ ਸਿੰਘ ਸਦਾਣਾ, ਜ਼ਿਲ੍ਹਾ ਬਠਿੰਡਾ ਸੇ, ਬਤਾਈਏ। ਹਾਂਜੀ ਜੀ। ਅੱਛਾ, ਇੱਕ ਨਾ ਤੁਹਾਡਾ ਸਕੂਲ ਦਾ ਸਿਲੇਬਸ ਹੈ ਜਿਹੜਾ LKG ਕਲਾਸ ਦਾ। ਹਾਂਜੀ। ਉਹਦੇ 'ਚ ਲਿਖਿਆ ਪਿਆ ਕਿ ਸਾਡੀ ਮਾਂ ਬੋਲੀ ਹਿੰਦੀ ਹੈ ਜੀ। LKG ਸਿਲੇਬਸ ਨੇ? ਹਾਂਜੀ। LKG ਸਿਲੇਬਸ, ਕੌਨ ਸੇ ਸਿਲੇਬਸ ਕੀ ਬਾਤ ਕਰ ਰਹੇ ਆਪ? LKG ਸਕੂਲ ਦਾ ਸਿਲੇਬਸ ਉਹਨੂੰ ਮੈਂ ਭੇਜ ਦਿੰਦਾ ਜੀ, 'ਚ ਲਿਖਿਆ ਹੋਇਆ ਕਿ ਸਾਡੀ ਮਾਂ ਬੋਲੀ ਹਿੰਦੀ ਹੈ। ਪੰਜਾਬੀਆਂ ਦੀ ਮਾਂ ਬੋਲੀ ਹਿੰਦੀ ਕਿਵੇਂ ਹੋ ਗਈ? ਹਾਂਜੀ, ਕੋਈ ਬਾਤ ਨਹੀਂ, ਆਪ ਮੇਰੇ ਕੋ ਭੇਜੀਏ, ਮੈਂ ਇੱਕ ਵਾਰ ਚੈੱਕ ਕਰ ਲੈਤੇ ਹੋ, ਠੀਕ ਹੈ? ਚੈੱਕ ਕਰੋ ਤੇ ਇਸ ਤਰ੍ਹਾਂ ਜਿਹੜਾ ਸਾਡੇ ਨਾਲ ਨਾ ਖਲਵਾੜ ਨਾ ਕਰੋ ਪੰਜਾਬ 'ਚ ਆ ਕੇ। ਨਹੀਂ ਨਹੀਂ, ਕੋਈ ਬਾਤ ਨਹੀਂ ਸਰ, ਕੋਈ ਬਾਤ ਨਹੀਂ, ਮੈਂ ਵੀ ਦੇਖੋ ਕੱਲ ਨੂੰ ਥੋੜਾ ਸਕੂਲ ਘੇਰਾਂਗੇ ਆ ਕੇ ਵੱਡੇ ਪੱਧਰ ਤੇ ਜਾਊ। ਨਹੀਂ ਕੋਈ ਬਾਤ ਨਹੀਂ, ਮੈਂ ਵੀ ਪੰਜਾਬੀ ਕੀ ਪੜਾ ਰਹੇ ਹੋ ਕਿ ਸਾਡੀ ਮਾਂ ਬੋਲੀ ਹਿੰਦੀ ਹੈ? ਸਾਡੀ ਮਾਂ ਬੋਲੀ ਹਿੰਦੀ ਕਿਵੇਂ ਹੋ ਗਈ? ਸਾਡੀ ਮਾਂ ਬੋਲੀ ਪੰਜਾਬੀ ਆ, ਬਿਲਕੁਲ ਪੰਜਾਬ। ਆ ਬੇਗੂ ਮੈਂ ਹੁਣੇ ਭੇਜਦਾ ਤੇ ਦੁਬਾਰਾ ਤੁਹਾਨੂੰ ਫੋਨ ਕਰਦਾ। ਬਿਲਕੁਲ ਜੀ, ਬਿਲਕੁਲ। ਹਾਂਜੀ, ਆ ਵਾਰੀ ਹੈ ਜੀ। ਬਰਦਾਸ਼ਤ ਨਹੀਂ ਕਰਾਂਗੇ, ਤੁਸੀਂ ਆਪਣੇ ਪ੍ਰਬੰਧਕਾਂ ਨੂੰ ਦੱਸ ਦੋ, ਮੇਰੇ ਬਾਰੇ ਜਾਣਦੇ ਹੋਣਗੇ ਮੈਂ ਕੌਣ ਆ। ਬਿਲਕੁਲ ਜੀ, ਮੈਂ ਬਤਾ ਦੂੰਗੀ, ਨੈਕਸਟ ਟੂਕ ਮੈਂ ਨਹੀਂ ਕਰਾਂਗੇ, ਠੀਕ ਹੈ? ਇਹ ਤੁਸੀਂ ਸਾਡੇ ਇਹ ਥੋੜੀ ਤੁਸੀਂ ਕਿੱਡਾ ਸਾਡੇ ਜਵਾਕਾਂ ਦੇ ਮਾਰਾ ਵਿੱਚ ਪਾ ਰਹੇ ਹੋ। ਸਰ, ਆਪ ਬਾਤ ਤਾਂ ਸੁਣੀਏ, ਮੈਂ ਆਪਕੋ ਬੋਲ ਰਹੀ ਹੂੰ ਕਿ ਨੈਕਸਟ ਮੈਂ ਨਹੀਂ ਲਗੇਗਾ, ਅਗਰ ਲੱਗ ਜਾਂਦਾ ਤਾਂ ਆਪ ਬੇਸ਼ੱਕ ਫੋਨ ਕਰ ਲੀਜੀਏ, ਠੀਕ ਹੈ? ਤੁਸੀਂ ਜਾਣਬੁੱਝ ਕੇ ਕਿਉਂ ਕਰ ਰਹੇ ਹੋ ਸਾਡੇ ਨਾਲ?
अच्छा जी, हम जानबूझ के नहीं कर रहे, अगली बार से नहीं करेंगे, बात खत्म हो गई। मैनू दसो, आप ऐसा कीजिए, मैं आपको नंबर दे देती हूँ, साडी मां बोली है, मैनू दसो, तुसी दसो, मैं आपको नंबर दे देती हूँ, आप बात कर लीजिए, ठीक है? अगली बार आएगा तो आप दोबारा कॉल कर लीजिए। मैनू एक गल दा थोड़े कोलों जवाब चाहिए मैडम जी, भी तुसी कह रहे हो हिंदी साडी मां बोली है, तामलां दी तामल है, तमिलनाडु दी कर्नाटका दी कन्नड़ा, महाराष्ट्र दी मराठी है, साडी पंजाबी है, हिंदी किवें मां बोली होगी? हेलो, इसको चेंज कर देते हैं जी, ठीक है? इमीडिएटली चेंज कर देते हैं, गाहन शिकायत नहीं होनी चाहिए थी।